are watching Channel Y. Channel Y, a South Asian Canadian channel. ਅੱਜ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਤੇ ਕੈਨੇਡਾ ਦੀ ਅਲਬਰਟਾ ਸਰਕਾਰ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਤਕਨੀਕੀ ਸਿੱਖਿਆ ਦੇ ਵਿਕਾਸ ਲਈ ਦੋਹਾਂ ਸਰਕਾਰਾਂ ਵਿਚਕਾਰ MOU ਸਮਝੌਤਾ ਹੋਇਆ ਏ। ਇਸ ਦੇ ਤਹਿਤ ਦੋਵੇਂ ਸਰਕਾਰਾਂ ਸਿੱਖਿਆ ਦੇ ਖੇਤਰ ਵਿੱਚ ਇੱਕ ਦੂਜੇ ਨੂੰ ਸਹਿਯੋਗ ਕਰਨਗੀਆਂ। ਜਾਣਕਾਰੀ ਦਿੰਦੇ ਹੋਏ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਦੋਹਾਂ ਸਰਕਾਰਾਂ ਵਿੱਚ ਬਠਿੰਡਾ ਦੀ PTU ਯੂਨੀਵਰਸਿਟੀ ਅਤੇ ਕੈਨੇਡਾ ਦੀ ਨੌਰਥ ਕੁਆਇਜ਼ ਕਾਲਜ ਵਿਚਕਾਰ ਵੀ ਇੱਕ ਸਮਝੌਤਾ ਸਾਈਨ ਹੋਇਆ ਏ, ਜਿਸ ਦੇ ਤਹਿਤ ਆਉਣ ਵਾਲੇ ਸਮੇਂ ਵਿੱਚ ਬਠਿੰਡਾ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਵਿਦਿਆਰਥੀ 2 ਸਾਲ ਇੱਥੇ ਅਤੇ 2 ਸਾਲ ਕੈਨੇਡਾ ਪੜ੍ਹਨ ਤੋਂ ਬਾਅਦ ਕੈਨੇਡਾ ਵਿੱਚ ਹੀ 3 ਸਾਲ ਦੀ ਨੌਕਰੀ ਕਰ ਸਕਣਗੇ ਅਤੇ ਇਹ ਕਾਰਜ ਜ਼ਮੀਨੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਚੰਨੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੈਨੇਡਾ ਤੋਂ ਕੌਂਸਲਿੰਗ ਵੀ ਕਰਵਾਈ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਠੱਗ ਟਰੈਵਲ ਏਜੰਟਾਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਛੇਤੀ ਹੀ ਅਜਿਹਾ ਕਾਨੂੰਨ ਲਿਆਉਣ ਜਾ ਰਹੀ ਹੈ, ਜਿਸ ਦੇ ਤਹਿਤ ਹੀ ਪੰਜਾਬ ਦੇ ਨੌਜਵਾਨ ਸਰਕਾਰ ਦੇ ਰਾਹੀਂ ਹੀ ਬਾਹਰ ਜਾ ਸਕਣਗੇ। ਅਸੀਂ ਔਨ ਗਰਾਊਂਡ ਕੰਮ ਕਰਨਾ ਚਾਹੁੰਦੇ ਹਾਂ, ਕਾਗਜ਼ਾਂ ਵਿੱਚ ਹੀ ਨਹੀਂ ਰਹੇਗਾ ਇਹ MOU। ਅਸੀਂ ਇਹਦੇ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਆਲਰੇਡੀ, ਔਰ ਇਹ ਪਿੱਛੇ ਇਹਨਾਂ ਦਾ ਇੱਕ ਟੀਮ ਆਈ ਸੀ, ਉਸ ਤੋਂ ਅੱਗੇ ਗੱਲ ਵਧੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਉੱਧਰ ਵੀ ਜਾਣਗੇ ਅਤੇ ਇੱਧਰ ਵੀ ਅਸੀਂ ਪੜ੍ਹਾਵਾਂਗੇ। ਇਹਦੇ ਨਾਲ ਹੀ ਡਰੱਗਸ ਦੇ ਉੱਤੇ ਵੀ ਅੱਜ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਗੱਲ ਹੋਈ ਹੈ ਇਹਨਾਂ ਦੀ, ਜਿਹਦੇ ਨਾਲ ਜਿਹੜੇ ਡਰੱਗ ਬੱਚੇ ਲੈ ਰਹੇ ਆ ਉਹਨਾਂ ਦੀ ਕੌਂਸਲਿੰਗ ਕਰਨ ਵਾਸਤੇ ਜਿਹੜੇ ਸਾਡੇ ਕੌਂਸਲਰ ਹੈ ਉਹਨਾਂ ਨੂੰ ਟ੍ਰੇਨਡ ਕੀਤਾ ਜਾਏਗਾ ਉਹਨਾਂ ਦੀ ਸਰਕਾਰ ਦੇ ਅਨੁਸਾਰ, ਤਾਂ ਕਿ ਜਿਹੜੇ ਬੱਚੇ ਇੱਥੇ ਡਰੱਗ ਲੈ ਰਹੇ ਆ ਉਹਨਾਂ ਨੂੰ ਡਰੱਗ ਦੀ ਗ੍ਰਿਫਤ ਵਿੱਚੋਂ ਕੱਢਿਆ ਜਾ ਸਕੇ। ਅਸੀਂ ਪੰਜਾਬ ਸਰਕਾਰ ਇੱਕ ਕਾਨੂੰਨ ਲਿਆਉਣ ਦਾ ਸੋਚ ਰਹੀ ਹੈ ਤਾਂ ਕਿ ਜਿੰਨਾ ਬੱਚਾ ਬਾਹਰ ਜਾ ਰਿਹਾ ਉਹ ਸਰਕਾਰ ਦੇ ਥਰੂ ਜਾਵੇ। ਜਿਹੜੇ ਏਜੰਟ ਲੁੱਟ ਸੁੱਟ ਕਰਦੇ ਆ ਬੱਚਿਆਂ ਦੀ, ਉਸ ਨੂੰ ਬੰਦ ਕਰਨਾ ਚਾਹੁੰਦੇ ਅਸੀਂ। ਅਤੇ ਉੱਥੇ ਕਈ ਵਾਰ ਚੰਗੀਆਂ ਯੂਨੀਵਰਸਿਟੀਆਂ ਨਹੀਂ ਹੈ ਜਿੱਥੇ ਬੱਚਿਆਂ ਨੂੰ ਭੇਜ ਦਿੱਤਾ ਜਾਂਦਾ, ਬੱਚਾ ਉੱਥੇ ਜਾ ਕੇ ਹੈਰਾਨ ਹੁੰਦਾ। ਉਸ ਸਿਸਟਮ ਨੂੰ ਖਤਮ ਕਰਨ ਵਾਸਤੇ ਅਸੀਂ ਪੰਜਾਬ ਦੇ ਯੂਥ ਨੂੰ ਜਿਹੜਾ ਏਜੰਟ ਦੀ ਲੁੱਟ ਹੈ ਉਹ ਖਤਮ ਕਰਨ ਵਾਸਤੇ ਅਸੀਂ ਇੱਕ ਸ਼ਾਇਦ ਬੜੀ ਛੇਤੀ ਕਾਨੂੰਨ ਲੈ ਕੇ ਆ ਰਹੇ ਹਾਂ। ਉੱਥੇ ਹੀ ਕੈਨੇਡਾ ਤੋਂ ਆਏ ਡਿਪਟੀ ਮਿਨਿਸਟਰ ਦੇ ਕੌਂਸਲਰ ਜਨਰਲ ਨੇ ਕਿਹਾ ਕਿ ਇਸ MOU ਸਾਈਨ ਹੋਣ ਨਾਲ ਪੰਜਾਬ ਅਤੇ ਕੈਨੇਡਾ ਦੇ ਮਜ਼ਬੂਤ ਅਤੇ ਵਿਸ਼ਵਾਸ ਪਾਤਰ ਸੰਬੰਧ ਬਣਨਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਬਹੁਤ ਹੀ ਫਾਇਦਾ ਹੋਏਗਾ ਅਤੇ ਇਸ ਦੇ ਨਾਲ ਹੀ ਕੈਨੇਡਾ ਅਤੇ ਪੰਜਾਬ ਦੀ ਆਰਥਿਕ ਵਿਵਸਥਾ ਵੀ ਮਜ਼ਬੂਤ ਹੋਵੇਗੀ। With the state of Punjab and the government of Alberta clearly demonstrates there's a strong relationship. We have a trusting relationship. The MOU will also indicates that we have shared interests in student development. We have tremendous capacity in Alberta, and I think there will be shared learnings from the opportunity to have exchanges like the MOU that's now been signed with Northwest College in Alberta, that those shared learnings will advance both our economies. So I think the bottom line is that there has been years of work to develop the relationship between our two countries, and this is just another indication that that relationship is getting stronger and we have interest in making it stronger. You are watching Channel Y, a South Asian Canadian channel.